ਤੁਹਾਨੂੰ ਉਹ ਟਾਈਮ ਯਾਦ ਹੀ ਹੋਵੇਗਾ ਜਦੋਂ ਅਸੀਂ 1 GB ਡਾਟੇ ਦੇ ਨਾਲ ਪੂਰਾ 1 ਮਹੀਨਾ ਕੱਢ ਲੈਂਦੇ ਸੀ ਤੇ ਉਸ ਸਮੇਂ ਸਾਨੂੰ 1 GB ਡਾਟਾ ਪੂਰੇ 1 ਮਹੀਨੇ ਦੇ ਲਈ ਘੱਟ ਵੀ ਨਹੀਂ ਲੱਗਦਾ ਸੀ ਕਿਉਂਕਿ ਅਸੀਂ ਸਾਰੇ ਕੰਮ ਹੀ 1 GB ਡਾਟੇ ਦੇ ਵਿੱਚ ਕਰ ਲੈਂਦੇ ਸੀ ਪਰ ਅੱਜ ਸਾਨੂੰ ਹਰ ਰੋਜ਼ 2 ਤੋਂ 3 GB ਡਾਟਾ ਡੇਲੀ ਮਿਲਦਾ ਹੈ ਪਰ ਉਹ ਵੀ ਸਾਨੂੰ ਘੱਟ ਲੱਗਦਾ ਹੈ ਕੀ ਤੁਸੀਂ ਸੋਚਿਆ ਹੈ ਕਿ ਅਜਿਹਾ ਕਿਸ ਤਰ੍ਹਾਂ ਹੋਇਆ ਅਜਿਹਾ ਹੋਇਆ ਜੀ ਰਿਲਾਇੰਸ ਜੀਓ ਦੇ ਕਾਰਨ ਕਿਉਂਕਿ ਜੀਓ ਨੇ ਸਾਰਿਆਂ ਨੂੰ ਫ੍ਰੀ ਦੇ ਵਿੱਚ ਪਹਿਲਾਂ ਜ਼ਿਆਦਾ ਡਾਟਾ ਦਿੱਤਾ ਜਿਸ ਦੇ ਨਾਲ ਸਾਨੂੰ ਡੇਲੀ ਦਾ 1 ਤੋਂ 2 GB ਡਾਟਾ ਵਰਤਣ ਦੀ ਆਦਤ ਪੈ ਗਈ ਤੇ ਜਦੋਂ ਸਾਨੂੰ ਸਾਰਿਆਂ ਨੂੰ ਡੇਲੀ ਦਾ 1 ਤੋਂ 2 GB ਡਾਟਾ ਵਰਤਣ ਦੀ ਲੱਤ ਲੱਗੀ ਉਦੋਂ ਜੀਓ ਨੇ ਇਸ ਨੂੰ ਬੰਦ ਕਰ ਦਿੱਤਾ ਤੇ ਪੇੜ ਕਰ ਦਿੱਤਾ ਅਜਿਹਾ ਫਿਰ ਤੋਂ ਜੀਓ ਕਰਨ ਜਾ ਰਿਹਾ ਹੈ ਇਸ ਵਾਰ ਉਹ ਟੈਲੀਕਾਮ ਇੰਡਸਟਰੀ ਨੂੰ ਨਹੀਂ ਬਲਕਿ OTT ਇੰਡਸਟਰੀ ਨੂੰ ਟਾਰਗੇਟ ਕਰ ਰਿਹਾ ਹੈ ਇੱਕ ਵਾਰ ਫਿਰ ਤੋਂ ਫ੍ਰੀ ਡਾਟੇ ਦੇ ਵਾਂਗੂ ਇਸ ਵਾਰ ਆਪਣੇ OTT ਪਲੇਟਫਾਰਮ ਜੀਓ ਸਿਨੇਮਾ ਤੇ ਸਾਰਿਆਂ ਨੂੰ ਫ੍ਰੀ ਦੇ ਵਿੱਚ IPL ਦਿਖਾ ਰਹੇ ਨੇ ਜਦਕਿ IPL ਦੇ ਬ੍ਰੌਡਕਾਸਟ ਰਾਈਟ ਲੈਣ ਦੇ ਲਈ ਉਹਨਾਂ ਨੇ ਪੂਰੇ 23,575 ਕਰੋੜ ਰੁਪਏ ਖਰਚੇ ਨੇ ਪਰ ਉਹ ਸਾਨੂੰ ਫਿਰ ਵੀ ਫ੍ਰੀ ਦੇ ਵਿੱਚ IPL ਦਿਖਾ ਰਹੇ ਨੇ ਹੁਣ ਸਵਾਲ ਇਹ ਆਉਂਦਾ ਹੈ ਕਿ ਇੰਨੇ ਜ਼ਿਆਦਾ ਪੈਸੇ ਖਰਚਣ ਤੋਂ ਬਾਅਦ ਵੀ ਅੰਬਾਨੀ ਸਾਨੂੰ ਫ੍ਰੀ ਦੀਆਂ ਮਠਿਆਈਆਂ ਕਿਉਂ ਬਣ ਰਿਹਾ ਹੈ ਤਰਾ ਅੰਬਾਨੀ ਫ੍ਰੀ ਦੇ ਵਿੱਚ IPL ਦਿਖਾ ਕੇ ਵੀ ਕਰੋੜਾਂ ਰੁਪਏ ਕਮਾ ਲਏਗਾ ਅਜੇ ਹੈ ਹੀ ਅੰਬਾਨੀ ਦਾ ਮਾਸਟਰ ਪਲਾਨ ਪੂਰੀ ਤਰ੍ਹਾਂ ਜਾਣਨ ਦੇ ਲਈ ਜਿਹੜੇ ਰੋ ਮੇਰੇ ਨਾਲ ਮੈਂ ਤੁਹਾਡਾ ਹੋ ਜਸਪੀ ਸਿੰਘ ਤੇ ਤੁਸੀਂ ਦੇਖ ਰਹੇ ਹੋ JOTV ਜੇਕਰ ਅਸੀਂ ਇੰਡੀਆ ਦੇ ਬੈਸਟ OTT ਪਲੇਟਫਾਰਮ ਦੀ ਗੱਲ ਕਰੀਏ ਤਾਂ ਸਬਸਕ੍ਰਿਪਸ਼ਨ ਦੇ ਮਾਮਲੇ ਦੇ ਵਿੱਚ ਡਿਜ਼ਨੀ ਹੌਟਸਟਾਰ ਸਭ ਤੋਂ ਉੱਪਰ ਹੈ ਇਸ ਦਾ ਕਾਰਨ ਕੀ ਹੈ ਜਦਕਿ ਸਭ ਤੋਂ ਵਧੀਆ ਕੰਟੈਂਟ ਨੈਟਫਲਿਕਸ ਦੇ ਕੋਲ ਹੈ ਸਭ ਤੋਂ ਵਧੀਆ ਸਰਵਿਸ Amazon ਦੇ ਕੋਲ ਹੈ ਤਾਂ ਫਿਰ ਅਜਿਹੀ ਉਹ ਕਿਹੜੀ ਚੀਜ਼ ਹੈ ਜਿਹੜੀ ਡਿਜ਼ਨੀ ਹੌਟਸਟਾਰ ਨੂੰ ਸਭ ਤੋਂ ਉੱਪਰ ਰੱਖਦੀ ਹੈ ਉਹ ਚੀਜ਼ ਹੈ ਜੀ IPL ਕਿਉਂਕਿ ਇੰਡੀਆ ਦੇ ਵਿੱਚ ਲੋਕ ਕਰੈਕਟਰ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਇਸ ਕਰਕੇ ਇੰਡੀਆ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਸਿਰਫ IPL ਦੇਖਣ ਦੇ ਲਈ ਹੀ ਡਿਜ਼ਨੀ ਹੌਟਸਟਾਰ ਦੀ ਪ੍ਰੀਮੀਅਮ ਮੈਂਬਰਸ਼ਿਪ ਲੈ ਲੈਂਦੇ ਨੇ ਇਹੀ ਕਾਰਨ ਕਰਕੇ ਹੌਟਸਟਾਰ ਹਮੇਸ਼ਾ ਟੌਪ ਰੈਂਕ ਦੇ ਉੱਪਰ ਰਹਿੰਦਾ ਹੈ ਕਿਉਂਕਿ ਜਦੋਂ ਹੌਟਸਟਾਰ IPL ਦੀ ਬ੍ਰੌਡਕਾਸਟਿੰਗ ਕਰ ਰਿਹਾ ਸੀ ਤਾਂ ਇਸ ਦੇ ਪਹਿਲੇ ਸਾਲ ਦੇ ਵਿੱਚ ਹੀ ਇਸ ਦਾ ਰੈਵਨਿਊ 91% ਵਧ ਗਿਆ ਸੀ ਫਾਈਨੈਂਸ਼ੀਅਲ ਈਅਰ 2021 ਦੇ ਵਿੱਚ ਇਸ ਦਾ ਰੈਵਨਿਊ 1704 ਕਰੋੜ ਰੁਪਏ ਸੀ ਜਦਕਿ IPL ਤੋਂ ਬਾਅਦ 2022 ਦੇ ਵਿੱਚ ਇਸ ਦਾ ਰੈਵਨਿਊ 3259 ਕਰੋੜ ਹੋ ਗਿਆ ਉਸ ਸਮੇਂ 500 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਡਿਜ਼ਨੀ ਪਲੱਸ ਹੌਟਸਟਾਰ ਨੂੰ ਡਾਊਨਲੋਡ ਕਰਕੇ ਇਸ ਨੂੰ ਇੰਡੀਆ ਦੀ ਸਭ ਤੋਂ ਟੌਪ ਰੈਂਕ ਵਾਲੀ ਐਪ ਬਣਾ ਦਿੱਤਾ ਸੀ ਮੁਕੇਸ਼ ਅੰਬਾਨੀ ਨੇ ਇਹ ਚੀਜ਼ ਦੇਖੀ ਕਿ ਜੇਕਰ ਉਹਨਾਂ ਨੂੰ ਇੱਕ ਝਟਕੇ ਦੇ ਵਿੱਚ ਹੀ ਟੌਪ ਦੇ ਉੱਪਰ ਆਉਣਾ ਹੈ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਹੌਟਸਟਾਰ ਨੂੰ ਪਿੱਛੇ ਛੱਡਣਾ ਹੋਵੇਗਾ ਆਪਣੀ ਐਪ ਦੇ ਨਾਲ ਇਸ ਦੇ ਲਈ ਉਹਨਾਂ ਨੂੰ ਇੱਕ ਹੀ ਰਾਹ ਦਿਸ ਰਿਹਾ ਸੀ ਉਹ ਰਾਹ ਸੀ IPL ਇਸ ਲਈ ਉਹਨਾਂ ਨੇ ਪਹਿਲਾਂ ਦੇ ਨਾਲੋਂ ਕਈ ਗੁਣਾ ਜ਼ਿਆਦਾ ਪੈਸੇ ਦੇ ਕੇ 5 ਸਾਲਾਂ ਦੇ ਲਈ IPL ਦੇ ਬ੍ਰੌਡਕਾਸਟਿੰਗ ਰਾਈਟ ਆਪਣੇ ਨਾਮ ਕਰ ਲਏ 2017 ਤੋਂ ਲੈ ਕੇ 2022 ਤੱਕ ਦੇ ਜਦੋਂ IPL ਦੇ ਬ੍ਰੌਡਕਾਸਟ ਰਾਈਟ ਦੀ ਬੋਲੀ ਲੱਗੀ ਸੀ ਉਸ ਸਮੇਂ ਡਿਜ਼ਨੀ ਹੌਟਸਟਾਰ ਨੇ TV ਅਤੇ ਡਿਜੀਟਲ ਦੋਨੇ ਪਲੇਟਫਾਰਮ ਦੇ ਲਈ 16,347 ਕਰੋੜ ਰੁਪਏ ਦਿੱਤੇ ਸਨ ਉਸ ਸਮੇਂ IPL ਨੂੰ TV ਦੇ ਉੱਪਰ ਸਟਾਰ ਸਪੋਰਟ ਅਤੇ OTT ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ਦੇ ਉੱਤੇ ਦਿਖਾਇਆ ਜਾ ਰਿਹਾ ਸੀ ਪਰ ਇਸ ਵਾਰ ਮੁਕੇਸ਼ ਅੰਬਾਨੀ ਨੇ ਇਕੱਲੇ ਡਿਜੀਟਲ ਰਾਈਟ ਲੈਣ ਦੇ ਲਈ 23,578 ਕਰੋੜ ਰੁਪਏ ਖਰਚ ਕਰ ਦਿੱਤੇ ਹੁਣ ਤੁਹਾਨੂੰ ਇਹ ਸਮਝਾਉਂਦੇ ਹਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਮੁਕੇਸ਼ ਅੰਬਾਨੀ ਦਾ ਕਿਹੜਾ ਦਿਮਾਗ ਕੰਮ ਕਰ ਰਿਹਾ ਹੈ IPL ਨੂੰ ਜੀਓ ਸਿਨੇਮਾ ਐਪ ਤੇ ਚਲਾਉਣ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਜਿਹੜਾ ਕਤਰ ਦੇ ਵਿੱਚ FIFA ਵਰਲਡ ਕੱਪ ਹੋਇਆ ਸੀ ਉਸ ਨੂੰ ਚਲਾਉਣ ਦੇ ਰਾਈਟ ਲਏ ਸਨ ਉਨ ਤੇ ਉਹਨਾਂ ਨੇ ਇਹ ਸਾਰਾ ਵਰਲਡ ਕੱਪ ਆਪਣੇ ਜੀਓ ਸਿਨੇਮਾ ਦੇ ਉੱਪਰ ਬ੍ਰੌਡਕਾਸਟ ਕੀਤਾ ਉਸ ਸਮੇਂ ਤਕਰੀਬਨ 11 ਕਰੋੜ ਲੋਕ ਇਕੱਠੇ ਫੁੱਟਬਾਲ ਦੇ ਮੈਚ ਨੂੰ ਜੀਓ ਸਿਨੇਮਾ ਦੇ ਉੱਪਰ ਦੇਖਣ ਲੱਗ ਗਏ ਜਿਸ ਦੇ ਕਾਰਨ ਜੀਓ ਸਿਨੇਮਾ ਐਪ ਕ੍ਰੈਸ਼ ਕਰ ਗਈ ਅਸਲ ਦੇ ਵਿੱਚ ਜੀਓ ਨੇ FIFA ਵਰਲਡ ਕੱਪ ਦੇ ਜਿਹੜੇ ਬ੍ਰੌਡਕਾਸਟ ਲਏ ਸਨ ਉਹ ਸਿਰਫ ਉਹਨਾਂ ਨੇ ਇੱਕ ਟ੍ਰਾਇਲ ਕਰਨਾ ਸੀ ਤਾਂ ਕਿ ਉਹ ਚੈੱਕ ਕਰ ਸਕਣ ਕਿ ਜਦੋਂ ਜ਼ਿਆਦਾ ਲੋਕ ਜੀਓ ਸਿਨੇਮਾ ਐਪ ਦੇ ਉੱਪਰ ਆ ਕੇ ਮੈਚ ਦੇਖਣਗੇ ਤਾਂ ਐਪ ਦੇ ਵਿੱਚ ਕਿਹੜੀ-ਕਿਹੜੀ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੰਡੀਆ ਦੇ ਵਿੱਚ ਫੁੱਟਬਾਲ ਦੇ ਨਾਲੋਂ ਕ੍ਰਿਕਟ ਦਾ ਕ੍ਰੇਜ਼ ਜ਼ਿਆਦਾ ਹੈ ਕਿਤੇ ਇਹ ਨਾ ਹੋਵੇ ਕਿ ਚੱਲਦੇ IPL ਮੈਚ ਦੇ ਦੌਰਾਨ ਜੀਓ ਸਿਨੇਮਾ ਐਪ ਕ੍ਰੈਸ਼ ਕਰ ਜਾਵੇ ਕਿਉਂਕਿ ਇੰਡੀਆ ਦੇ ਵਿੱਚ ਜੀਓ ਸਿਨੇਮਾ ਐਪ ਦੇ ਉੱਪਰ ਲੋਕ ਕਾਫੀ ਜ਼ਿਆਦਾ IPL ਦੇਖਣਗੇ ਅਜਿਹੇ ਦੇ ਵਿੱਚ ਜੀਓ ਸਿਨੇਮਾ ਐਪ ਦੀਆਂ ਖਾਮੀਆਂ ਲੱਭਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਇਸ ਲਈ ਜੀਓ ਸਿਨੇਮਾ ਐਪ ਨੇ FIFA ਵਰਲਡ ਕੱਪ ਦੌਰਾਨ ਜਿਹੜੀਆਂ ਉਹਨਾਂ ਨੂੰ ਖਾਮੀਆਂ ਮਿਲੀਆਂ ਉਹਨਾਂ ਨੇ ਉਸੇ ਟਾਈਮ ਹੀ ਉਹਨਾਂ ਨੂੰ ਲੱਭ ਕੇ ਅਪਗ੍ਰੇਡ ਕਰ ਦਿੱਤਾ ਇਸ ਵਾਰ ਜੀਓ ਸਿਨੇਮਾ ਐਪ ਨੇ IPL ਦੇ ਵਿੱਚ ਕਈ ਨਵੇਂ ਫੀਚਰ ਵੀ ਐਡ ਕੀਤੇ ਨੇ ਜਿਵੇਂ ਕਿ ਹੁਣ ਤੁਸੀਂ ਮੈਚ ਨੂੰ ਅਲੱਗ-ਅਲੱਗ ਕੈਮਰਿਆਂ ਰਾਹੀਂ ਜੋ ਤੁਹਾਨੂੰ ਠੀਕ ਲੱਗੇ ਉਸ ਕੈਮਰੇ ਰਾਹੀਂ ਦੇਖ ਸਕਦੇ ਹੋ ਜੇਕਰ ਤੁਸੀਂ ਬੈਟਸਮੈਨ ਦੀ ਜਗ੍ਹਾ ਆਪਣੇ ਫੇਵਰੇਟ ਬੋਲਰ ਨੂੰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਕੈਮਰਾਮੈਨ ਦੇ ਉੱਪਰ ਨਿਰਭਰ ਰਹਿਣ ਦੀ ਹੁਣ ਲੋੜ ਨਹੀਂ ਹੈ ਤੁਸੀਂ ਆਪਣੀ ਮੋਬਾਈਲ ਸਕਰੀਨ ਦੇ ਸਿਰਫ ਇੱਕ ਬਟਨ ਦੇ ਨਾਲ ਆਪਣੇ ਮਨਪਸੰਦ ਦਾ ਕੈਮਰਾ ਲਗਾ ਸਕਦੇ ਹੋ ਜੀਓ ਸਿਨੇਮਾ ਐਪ ਆਪਣੇ ਸਾਰੇ ਮੈਚਾਂ ਦੀ ਕੁਆਲਿਟੀ 4K ਦਿੰਦਾ ਹੈ ਤੇ ਇਸ ਦੇ ਵਿੱਚ ਤੁਸੀਂ 12 ਖੇਤਰੀ ਭਾਸ਼ਾਵਾਂ ਦੇ ਵਿੱਚ ਵੀ ਕਮੈਂਟਰੀ ਸੁਣ ਸਕਦੇ ਹੋ ਹੁਣ ਸਵਾਲ ਇਹ ਆਉਂਦਾ ਹੈ ਕਿ ਇੰਨੇ ਸਾਰੇ ਫੀਚਰ ਦੇਣ ਤੋਂ ਬਾਅਦ ਵੀ ਮੁਕੇਸ਼ ਅੰਬਾਨੀ ਨੇ ਆਪਣੀ ਜੀਓ ਸਿਨੇਮਾ ਐਪ ਨੂੰ ਫ੍ਰੀ ਕਿਉਂ ਕੀਤਾ ਹੈ ਇੰਨਾ ਸਾਰਾ ਕੁਝ ਫ੍ਰੀ ਕਰਨ ਤੋਂ ਬਾਅਦ ਵੀ ਮੁਕੇਸ਼ ਅੰਬਾਨੀ ਤੁਹਾਨੂੰ ਦੱਸ ਦਿੰਦੇ ਹਾਂ ਘਾਟੇ ਦੇ ਵਿੱਚ ਨਹੀਂ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਤੋਂ ਕਿਤੇ ਜ਼ਿਆਦਾ ਅੱਗੇ ਮੁਨਾਫਾ ਵੀ ਕਮਾਉਣਗੇ ਤੋਂ ਜ਼ਿਆਦਾ ਮੁਕੇਸ਼ ਅੰਬਾਨੀ ਨੂੰ ਹੁਣ ਇਹ ਚੀਜ਼ ਦਾ ਫਾਇਦਾ ਹੋ ਰਿਹਾ ਹੈ ਕਿ ਫ੍ਰੀ ਦੇ ਵਿੱਚ IPL ਦਿਖਾਉਣ ਦੇ ਕਾਰਨ ਬਹੁਤ ਸਾਰੇ ਲੋਕ ਹੁਣ ਜੀਓ ਸਿਨੇਮਾ ਐਪ ਨੂੰ ਡਾਊਨਲੋਡ ਕਰ ਰਹੇ ਨੇ IPL ਦੇ ਪਹਿਲੇ ਮੈਚ ਦੇ ਵਿੱਚ ਹੀ ਇਸ ਨੂੰ 25 ਮਿਲੀਅਨ ਲੋਕਾਂ ਨੇ ਡਾਊਨਲੋਡ ਕਰਕੇ ਇੱਕ ਦਿਨ ਦੇ ਵਿੱਚ ਮੋਸਟ ਇੰਸਟਾਲਡ ਐਪ ਦਾ ਰਿਕਾਰਡ ਬਣਾ ਦਿੱਤਾ ਹੈ ਤੇ ਉੱਥੇ ਹੀ ਲੋਕਾਂ ਨੂੰ ਜਦੋਂ ਹੁਣ ਇਹ ਪਤਾ ਲੱਗਿਆ ਕਿ ਡਿਜ਼ਨੀ ਹੌਟਸਟਾਰ ਹੁਣ IPL
ਦਾ ਬ੍ਰੌਡਕਾਸਟ ਨਹੀਂ ਕਰੇਗਾ ਤਾਂ ਉਸਦੇ 3.8 ਮਿਲੀਅਨ ਪੇਡ ਸਬਸਕ੍ਰਿਪਸ਼ਨ ਨੇ ਉਸ ਨੂੰ ਛੱਡ ਦਿੱਤਾ ਹੈ ਤੇ ਉਹ ਸਾਰੇ ਲੋਕ ਵੀ ਹੁਣ IPL ਦੀ ਵਜ੍ਹਾ ਦੇ ਕਾਰਨ ਹੌਟਸਟਾਰ ਨੂੰ ਛੱਡ ਕੇ ਜੀਓ ਸਿਨੇਮਾ ਦੇ ਉੱਪਰ ਆ ਗਏ ਨੇ ਕਿਉਂਕਿ ਇਹ ਲੋਕ ਹੌਟਸਟਾਰ ਦੇ ਨਾਲ ਸਿਰਫ IPL ਕਰਕੇ ਹੀ ਜੁੜੇ ਹੋਏ ਸਨ ਜੀਓ ਸਿਨੇਮਾ ਐਪ ਭਾਵੇਂ ਤੁਹਾਡੇ ਤੋਂ IPL ਦੇ ਪੈਸੇ ਨਹੀਂ ਲੈ ਰਿਹਾ ਪਰ ਉਹ ਤੁਹਾਨੂੰ ਮਸ਼ਹੂਰੀਆਂ ਕਮਾ ਕੇ ਤੁਹਾਡੇ ਜ਼ਰੀਏ ਹੀ ਕਰੋੜਾਂ ਰੁਪਏ ਹੋਰ ਕਮਾ ਰਿਹਾ ਹੈ ਕਿਉਂਕਿ IPL ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਸਪੋਰਟਸ ਲੀਗ ਹੈ 2022 ਦੇ ਵਿੱਚ 264 ਮਿਲੀਅਨ ਲੋਕਾਂ ਨੇ IPL ਨੂੰ ਦੇਖਿਆ ਸੀ ਇਸ ਦੇ ਨਾਲ ਹੀ ਜਦੋਂ IPL ਨੂੰ ਫ੍ਰੀ ਦੇ ਵਿੱਚ ਕਿਤੇ ਦਿਖਾਇਆ ਜਾਵੇਗਾ ਤਾਂ ਇਹ ਗਿਣਤੀ ਹੋਰ ਵੀ ਕਿਤੇ ਜ਼ਿਆਦਾ ਵੱਧ ਜਾਵੇਗੀ 500 ਤੋਂ ਜ਼ਿਆਦਾ ਐਡ ਦਿਖਾਉਣ ਵਾਲੀਆਂ ਕੰਪਨੀਆਂ ਹੁਣ ਜੀਓ ਦੇ ਨਾਲ ਆਪਣੇ ਜੀਓ ਸਿਨੇਮਾ ਐਪ ਦੇ ਉੱਪਰ ਐਡ ਦਿਖਾਉਣ ਦੇ ਲਈ ਟਾਈ ਅਪ ਕਰ ਚੁੱਕੀਆਂ ਨੇ ਤੇ ਇਹ ਸਾਲ ਦੇ ਵਿੱਚ ਜੀਓ ਨੇ ਆਪਣੇ ਐਡ ਰੇਟ ਵੀ ਕਾਫੀ ਘਟਾ ਰੱਖੇ ਨੇ ਤਾਂ ਕਿ ਛੋਟੀਆਂ ਕੰਪਨੀਆਂ ਵੀ ਉਸਦੇ ਜੀਓ ਸਿਨੇਮਾ ਦੇ ਉੱਪਰ ਆ ਕੇ ਆਪਣੀ ਮਸ਼ਹੂਰੀ ਕਰ ਸਕਣ 2021 ਦੇ IPL ਦੇ ਵਿੱਚ ਡਿਜ਼ਨੀ ਹੌਟਸਟਾਰ 10 ਸੈਕਿੰਡ ਦੀ ਐਡ ਦਿਖਾਉਣ ਦੇ ਲਈ 18 ਲੱਖ ਰੁਪਏ ਲੈਂਦੇ ਸਨ ਤੇ ਬਹੁਤ ਸਾਰੀਆਂ ਕੰਪਨੀਆਂ ਇੰਨਾ ਪੈਸਾ ਅਫੋਰਡ ਨਹੀਂ ਕਰ ਸਕਦੀਆਂ ਇਸ ਲਈ ਇਹ ਸਾਰੀਆਂ ਕੰਪਨੀਆਂ ਵੀ ਹੁਣ ਜੀਓ ਸਿਨੇਮਾ ਦੇ ਕੋਲ ਚਲੀਆਂ ਗਈਆਂ ਨੇ ਇਸ ਕਰਕੇ ਇਕੱਲੇ ਐਡ ਰੈਵਨਿਊ ਦੇ ਨਾਲ ਹੀ ਜੀਓ ਸਿਨੇਮਾ ਇਸ ਸਾਲ ਦੇ IPL ਦੇ ਵਿੱਚ ਹੀ 24,000 ਤੋਂ 25,000 ਕਰੋੜ ਦੀ ਕਮਾਈ ਕਰ ਲਵੇਗਾ ਇਸ ਜੀ ਕੁਝ ਜਾਣਕਾਰੀ ਇਸ ਵਾਰ IPL ਦੇ ਰਿਲੇਟਡ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ